ਹੈਗਾ ਕਿ ਵੱਖ ਵੱਖ ਭਾਗਾਂ ਦੇ ਸਾਰੇ ਕਰਮਚਾਰੀ ਜੋ ਕਿ ਮਿਨਿਸਟਰੀ ਯੂਨੀਅਨ ਦੇ ਅੰਡਰ ਆਉਂਦੇ ਨੇ 8-11 ਤਰੀਕ ਤੋਂ ਧਰਨੇ ਤੇ ਬੈਠੇ ਨੇ। ਇਹਦੇ ਵਿੱਚ ਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲ ਕਰਨੀ, ਡੀਏ ਦੀ ਕਿਸ਼ਤਾਂ ਜਾਰੀ ਕਰਨੀਆਂ, ਪੇ ਕਮਿਸ਼ਨ 'ਚ ਸੋਧ ਕਰਨੀ, 4-9-14 ACP ਬਹਾਲ ਕਰਨੀ। ਪੰਜਾਬ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਇਹਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ, ਕਿਸਾਨਾਂ ਨਾਲ ਕੀਤਾ ਸੀ, ਮਜ਼ਦੂਰਾਂ ਨਾਲ, ਸਾਰਿਆਂ ਜਿੰਨੀਆਂ ਵੀ ਭਰਾਤਰੀ ਜੁਨੇ ਬਣੀਆਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਇਹ ਸੜਕਾਂ 'ਤੇ ਨਹੀਂ ਆਉਣ ਦੇਗੇ, ਕੋਈ ਧਰਨਾ ਨਹੀਂ ਲੱਗੇਗਾ, ਸਾਰਿਆਂ ਦੀਆਂ ਸਮੇਂ ਸਿਰ ਮੰਗਾਂ ਪੂਰੀਆਂ ਹੋਣਗੀਆਂ। ਪਰ ਸਰਕਾਰ ਵੱਲੋਂ ਕਿਸੇ ਨਾਲ ਵੀ ਜਿਹੜਾ ਵਾਅਦਾ ਉਹ ਪੂਰਾ ਨਹੀਂ ਕੀਤਾ ਜਾ ਰਿਹਾ। 6 ਦਸੰਬਰ ਤੱਕ ਸਰਕਾਰ ਦੇ ਖਿਲਾਫ਼ ਇੱਦਾਂ ਹੀ ਧਰਨੇ ਪ੍ਰਦਰਸ਼ਨ ਚੱਲਣਗੇ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ, ਸੰਘਰਸ਼ ਇਸ ਤੋਂ ਵੀ ਤਿੱਖਾ ਕੀਤਾ ਜਾਵੇਗਾ। ਸਰਕਾਰ ਵੱਲੋਂ 5 ਤਰੀਕ ਦੀ ਯੂਨੀਅਨ ਨੂੰ ਮੀਟਿੰਗ ਦਿੱਤੀ ਹੋਈ ਹੈ, ਪਰ ਮੀਟਿੰਗਾਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਨੇ। ਇਸ ਵਾਰ ਅਸੀਂ ਮੀਟਿੰਗ ਦੇ ਪੱਤਰ ਜਾਰੀ ਹੋਣ ਦੇ ਸਹਾਰੇ 'ਤੇ ਜਿਹੜੀ ਆ ਹੜਤਾਲ ਬੰਦ ਨਹੀਂ ਕੀਤੀ, ਕਿਉਂਕਿ ਪਿਛਲੀ ਵਾਰ ਵੀ ਇਹਨਾਂ ਮੀਟਿੰਗਾਂ ਕੀਤੀਆਂ ਸੀ ਪਰ ਮੰਗਾਂ ਜਿਹੜੀਆਂ ਸਾਡੀਆਂ ਲਾਗੂ ਨਹੀਂ ਕੀਤੀਆਂ। ਇਸ ਵਾਰ ਜੇਕਰ ਸਰਕਾਰ ਕੱਲ੍ਹ ਦੀ ਜਿਹੜੀ 5 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਕੋਈ ਸਾਰਥਕ ਹੱਲ ਨਹੀਂ ਕੱਢਦੀ ਤਾਂ ਇਹ ਜਿਹੜਾ 6 ਦਸੰਬਰ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ, ਉਸ ਤੋਂ ਬਾਅਦ ਹੋਰ ਵੀ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਹਦੇ ਵਿੱਚ ਵੇਖੋ ਜੀ, ਸਾਰੇ ਹੀ ਵਿਭਾਗਾਂ ਦੇ ਜਿੰਨੇ ਵੀ ਕੰਮ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਚਾਹੇ ਉਹ ਆਪਣਾ ਸਰਟੀਫਿਕੇਟ ਹੋਣ, ਰਜਿਸਟਰੀਆਂ ਹੋਣ, ਅਦਾਲਤੀ ਕੇਸ ਹੋਣ, PWD ਦੇ ਹੋਣ, ਸਿਵਲ ਸਰਜਨ ਦੇ ਹੋਣ, ਯਾਨੀ ਕਿ ਹਰੇਕ ਮਹਿਕਮੇ ਦੇ ਵਿੱਚ ਮਿਨਿਸਟਰੀਅਲ ਸਟਾਫ ਜਿਹੜਾ ਮੁਕੰਮਲ ਹੜਤਾਲ 'ਤੇ ਆ। ਜਿਹੜੀ ਬਦਲਾਅ ਵਾਲੀ ਸਰਕਾਰ ਭਗਵੰਤ ਮਾਨ ਜਿਹੜੀ ਕਹਿੰਦੀ ਕਿ ਅਸੀਂ ਬਦਲਾਅ ਦਾ ਬੜੇ ਵੱਡੇ ਦਾਅਵੇ ਕਰਦੀ ਸੀ, ਇਹ ਪਹਿਲੀਆਂ ਸਰਕਾਰਾਂ ਵਾਂਗੂ ਇਹ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਨਹੀਂ ਗੱਲ ਕੀਤੀ। ਜਦ ਇਹ ਸੱਤਾ ਦੇ ਵਿੱਚ ਆਉਣਾ ਸੀ ਇਹਨਾਂ ਨੇ, ਜਦੋਂ ਪਬਲਿਕ ਨੂੰ ਲਾਰੇ ਲਾਏ, ਉਹਦੇ ਵਿੱਚ ਇਹਨਾਂ ਬੜਾ ਸਪਸ਼ਟ ਕਿਹਾ ਕਿ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਮੰਗਾਂ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਹੱਲ ਕਰਾਂਗੇ, ਖਾਸ ਕਰ ਜਿਹੜੀ ਪੁਰਾਣੀ ਪੈਨਸ਼ਨ ਆ ਉਹਨੂੰ ਅਸੀਂ ਬਹਾਲ ਕਰਾਂਗੇ। ਪਰ 1.5-2 ਸਾਲ ਦੇ ਹੋਣ ਦੇ ਬਾਵਜੂਦ ਵੀ ਲਾਰਿਆਂ ਲੱਪਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ, ਔਰ ਇਹ ਜਿਹੜਾ ਲੋਕਾਂ ਦਾ ਰੋਸ ਹੋਣ ਦਾ ਕਰਕੇ ਅੱਜ ਸਾਰੇ ਮੁਲਾਜ਼ਮ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਮੁਲਾਜ਼ਮ ਆ ਉਹ ਸੜਕਾਂ ਦੇ ਬੈਠੇ ਨੇ ਔਰ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ। ਕਪੂਰਥਲੇ ਦੇ ਵਿੱਚ ਲਗਭਗ 450 ਇਹ 30-35 ਹਜ਼ਾਰ ਜਿਹੜਾ ਮੁਲਾਜ਼ਮ ਆ ਅੱਜ ਦੀ ਤਰੀਕ ਦੇ ਵਿੱਚ ਕੰਮ ਛੱਡੀ ਬੈਠਾ ਵਾ, ਔਰ ਜਿਹੜੇ ਸੈਕਟਰੀਏਟ ਦੇ ਜਿਹੜੇ ਬਿਲਕੁਲ ਮੁੱਢ ਬੈਠੇ ਆ ਉਹ ਵੀ ਰੋਜ਼ ਰੈਲੀਆਂ ਕਰਦੇ ਆ, ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਜਾਗੋ, ਪਬਲਿਕ ਦਾ ਔਰ ਮੁਲਾਜ਼ਮਾਂ ਦਾ ਭਲਾ ਸੋਚੋ ਤਾਂ ਜੋ ਆਉਣ ਵਾਲੇ ਸਮੇਂ 'ਚ ਨੁਕਸਾਨ ਨਾ ਹੋਵੇ। ਪਰ ਜੋ ਸਰਕਾਰ ਦਾ ਅੜੀਅਲ ਵਤੀਰਾ ਉਹ ਇੱਥੋਂ ਜਾ ਸਪਸ਼ਟ ਲੱਗਦਾ ਵੀ ਜਿੱਦਾਂ ਇਹਨਾਂ ਨੇ ਦੂਜੇ ਜਿਹੜੀ ਹੁਣ ਇਲੈਕਸ਼ਨ ਰੀਸੈਂਟਲੀ ਹੋਈਆਂ ਨੋਟਾਂ ਤੋਂ ਵੀ ਘੱਟ ਜਿਹੜੀਆਂ ਵੋਟਾਂ ਸਰਕਾਰ ਨੂੰ ਮਿਲੀਆਂ ਤਾਂ ਲੱਗਦਾ ਇਹ ਸਰਕਾਰ ਆਪਣੇ ਉਸੇ ਨੀਤੀ 'ਤੇ ਚੱਲ। ਲਗਭਗ 38-40 ਡਿਪਾਰਟਮੈਂਟ ਆ ਜੀ, ਮੰਨ ਲਓ DC ਦਫ਼ਤਰ ਹੈਗਾ ਵਾ, ਹੈਲਥ ਡਿਪਾਰਟਮੈਂਟ ਹੈਗਾ ਵਾ, ਟ੍ਰੈਜਰੀ ਡਿਪਾਰਟਮੈਂਟ ਹੈਗਾ, ਖਜ਼ਾਨਾ ਹੈਗਾ, ਔਰ ਸੋਸ਼ਲ ਸਿਕਿਉਰਿਟੀ ਹੈਗਾ, ਕਿਸੇ ਦੀ ਪੈਨਸ਼ਨ ਨਹੀਂ ਲੱਗੇਗੀ, ਕਿਸੇ ਤਹਿਸੀਲਦਾਰ ਸਰਟੀਫਿਕੇਟ ਨਹੀਂ ਬੱਚਿਆਂ ਦਾ ਬਣਾਏਗਾ, ਬਾਕੀ ਜਿਹੜੇ ਹੋਸਪਿਟਲ ਦੇ ਵਿੱਚ ਆ ਉਹਦੇ ਵਿੱਚ ਕਈਆਂ ਦੇ ਮੈਡੀਕਲ ਹੋਣੇ ਆ ਉਹ ਨਹੀਂ ਹੋਣਗੇ, ਕਾਫੀ ਜਿਹੜੇ ਇੱਦਾਂ ਦੇ ਕੰਮ ਜਿਹੜੇ 35-40 ਡਿਪਾਰਟਮੈਂਟ ਸਟ੍ਰਾਈਕ ਕਰ ਰਹੇ ਆ। ਬਿਲਕੁਲ ਜਿਹੜੀਆਂ ਵੀ ਗਵਰਨਮੈਂਟ ਰਿਪੋਰਟਾਂ ਮੰਗਦੀ ਆ ਉਹ ਸਾਰੇ ਜਿਹੜੇ ਆ ਰਿਪੋਰਟਾਂ ਅਸੀਂ ਨਹੀਂ ਦੇ ਰਹੇ, ਉਹ ਬਿਲਕੁਲ ਬੰਦ ਕਰਤਾ। ਸਰਕਾਰ ਤੋਂ ਫੋਨ ਆਉਂਦੇ ਆ ਵੀ ਸਾਨੂੰ ਆਹ ਰਿਪੋਰਟ ਚਾਹੀਦੀ, ਅਸੀਂ ਬਿਲਕੁਲ ਮਨਾ ਕਰਤਾ ਕਿ ਪਹਿਲਾਂ ਸਾਡੇ ਨਾਲ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਅਸੀਂ ਤੁਹਾਡੇ ਜਿਹੜੀਆਂ ਕੰਮ ਕਰਾਂਗੇ ਸਰਕਾਰ ਦੇ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇੱਦਾਂ ਦੇ